ਬਿਗਿਨਰਸ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਪੱਗ ਬੰਨਣ ਵੇਲੇ, ਕਿਉਂਕਿ ਉਹਨਾਂ ਕੋਲ ਇੰਨਾ ਐਕਸਪੀਰੀਅੰਸ ਨਹੀਂ ਹੁੰਦਾ ਜਿਹਦੇ ਨਾਲ ਕਿ ਉਹ ਵਧੀਆ ਸ਼ੇਪ ਅਤੇ ਸਫਾਈ ਲਿਆ ਸਕਣ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਟਾਈਲਿਸਟ ਸਿੱਖ 'ਤੇ। ਅੱਜ ਤੁਸੀਂ ਦੇਖੋਗੇ ਕਿ ਇਹ ਜਿਹੜੀ ਮੈਂ ਪੱਗ ਬੰਨੀ ਹੋਈ ਹੈ, ਇਹ ਬਿਲਕੁਲ ਸਿੰਪਲ ਪੱਗ ਮੈਂ ਬੰਨੀ ਹੈ, ਮੋਰਨੀ ਸਟਾਈਲ ਦੇ ਵਿੱਚ ਬਿਲਕੁਲ ਹੀ ਸਿੰਪਲ ਪੱਗ ਹੈ। ਕੋਈ ਇਹਦੇ ਵਿੱਚ ਜ਼ਿਆਦਾ ਕੋਈ ਇੰਨੀ ਟ੍ਰਿਕ ਵਗੈਰਾ ਕੁਛ ਨਹੀਂ ਲਗਾਈ ਹੋਈ, ਅਤੇ ਬਿਗਿਨਰਸ ਵਾਸਤੇ ਪੱਗ ਹੈਗੀ ਹੈ। ਜਿਹੜੇ ਮੇਰੇ ਵੀਰ ਸਟਾਰਟ ਕਰ ਰਹੇ ਆ ਪੱਗ ਬੰਨਣਾ, ਜਾਂ ਜਿਨ੍ਹਾਂ ਨੇ ਹਜੇ ਕਰਨੀ ਹੈ, ਜਾਂ ਜਿਹੜੇ ਕਰ ਚੁੱਕੇ ਆ ਅਤੇ ਵਧੀਆ ਨਹੀਂ ਬੱਜਦੀ ਪੱਗ, ਉਹ ਇਸ ਵੀਡੀਓ ਨੂੰ ਪੂਰਾ ਦੇਖਣ ਐਂਡ ਤੱਕ। ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ, ਜੇ ਨਵੇਂ ਹੋ ਚੈਨਲ 'ਤੇ ਤਾਂ ਹੁਣੇ ਹੀ ਸਬਸਕ੍ਰਾਈਬ ਕਰ ਲਓ, ਕਿਉਂਕਿ ਬਹੁਤ ਵਧੀਆ ਵਧੀਆ ਵੀਡੀਓਜ਼ ਹੋਰ ਆਉਣ ਵਾਲੀਆਂ ਬਹੁਤ ਹੀ ਜਲਦੀ। ਅਤੇ ਹੁਣ ਦੇਖੋ ਮੇਰਾ ਇੰਟਰੋ, ਉਸ ਤੋਂ ਬਾਅਦ ਦੇਖੋ ਮੇਰੀ ਵੀਡੀਓ। ਜਿਹੜੀ ਪੱਗ ਅੱਜ ਬੰਨਾਂਗੇ ਉਹ ਹੈਗੀ ਹੈ 5.5 meter ਫੁੱਲ ਓਇਲ ਕੱਪੜਾ, 5.5 meter ਹੈ, ਜੋ ਕਿ ਬਿਗਿਨਰਸ ਵਾਸਤੇ ਬਿਲਕੁਲ ਬੈਸਟ ਹੁੰਦੀ ਹੈ, ਨਾ ਜ਼ਿਆਦਾ ਵੱਡੀ ਅਤੇ ਨਾ ਜ਼ਿਆਦਾ ਛੋਟੀ। ਬਿਗਿਨਰਸ 5 ਲੜਾਂ ਤੋਂ ਸਟਾਰਟ ਕਰਨ, 50 ਤੁਸੀਂ ਕਿੱਦਾਂ ਦੀ ਵੀ ਲੈ ਸਕਦੇ ਹੋ, ਮਤਲਬ ਕਿ ਤੁਸੀਂ ਜੇ ਇਹਨੂੰ ਹੀ 50 ਬਣਾਉਣਾ ਥੱਲੇ ਵਾਲੇ ਬੇਸ ਨੂੰ, ਜੇ ਤੁਹਾਡਾ ਇਹ ਕਲਰ ਮੈਚ ਕਰ ਰਿਹਾ ਤੁਹਾਡੀ ਪੱਗ ਦੇ ਨਾਲ, ਕੋਂਟਰਾਸਟ 'ਚ ਜਾ ਰਿਹਾ, ਅਤੇ ਉਹਨੂੰ ਬਣਾ ਲਓ, ਨਹੀਂ ਤਾਂ ਤੁਸੀਂ ਵੱਖਰਾ ਇੱਦਾਂ ਜਿੱਦਾਂ ਮੈਂ ਕੱਪੜਾ ਲੈ ਰਿਹਾ ਇੱਦਾਂ ਵੱਖਰਾ ਕੱਪੜਾ ਲੈ ਕੇ ਇਹਨੂੰ ਇੱਦਾਂ ਡਬਲ ਕਰਕੇ, ਅਤੇ ਜਿੱਥੇ ਤੁਸੀਂ ਆਪਣੇ ਮੱਥੇ 'ਤੇ ਸੈੱਟ ਕਰਨਾ ਚਾਹੋ, ਉੱਚੀ ਜਾਂ ਨੀਵੀਂ ਸੈੱਟ ਕਰ ਸਕਦੇ ਹੋ। ਪਿੱਛੇ ਸਿੰਗਲ ਗੱਠ ਨਹੀਂ ਮਾਰਨੀ, ਡਬਲ ਮਾਰਾਂਗੇ। ਇਹ ਹੋ ਗਈ 1, ਇਹ ਹੋ ਗਈ 2, ਮਤਲਬ ਗੱਠ ਸਿੰਗਲ ਹੈ, ਘੁਮਾਇਆ ਉਹਨੂੰ 2 ਵਾਰ, ਜ਼ਿਆਦਾ ਟਾਈਟ ਨਹੀਂ ਕਰਨਾ। ਜੇ ਅਸੀਂ ਪਿੱਛੇ ਇੱਥੇ 2 ਗੱਠਾਂ ਮਾਰ ਦਿੰਦੇ ਹਾਂ ਨਾ ਇੱਕ ਦੇ ਉੱਤੇ ਇੱਕ, ਅਤੇ ਉਹ ਫਿਰ ਸਾਡੀ ਉਹਦੇ ਉੱਤੇ ਪੱਗ ਆ ਜਾਂਦੀ ਹੈ, ਅਤੇ ਉੱਥੋਂ ਫਿਰ ਸਾਡਾ ਸਿਰ ਦੁਖਣ ਲੱਗ ਜਾਂਦਾ, ਕਿਉਂਕਿ ਉਹ ਜਿਹੜੀ ਗੱਠ ਹੈ ਉਹ ਫਿਰ ਚੁੱਭਦੀ ਰਹਿੰਦੀ ਹੈ। ਇਹਨੂੰ ਇਸ ਤਰ੍ਹਾਂ ਇਹਦੇ ਉੱਤੇ ਇੱਥੇ ਹਲਕਾ ਹਲਕਾ ਫਸਾ ਦੇਣਾ, ਠੀਕ ਹੈ ਜੀ। ਚਸ਼ਮਾ ਲਾ ਲੈਂਦੇ ਹਾਂ, ਪੱਗ ਮਹਿਰੂਨ ਕਲਰ ਦੀ ਬਣ ਰਿਹਾ ਮੈਂ। ਇਹ ਪੱਗ ਹੈਗੀ ਹੈ 1.25 meter ਪਹਿਲੇ ਕੀਤੀ ਹੋਈ ਹੈ। ਜੇ ਤੁਸੀਂ ਬੇਸ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ 'ਤੇ ਹੈਗੀ ਹੈ, ਉਹਦੇ ਤੁਸੀਂ ਵੀਡੀਓਜ਼ ਦੇ ਸੈਕਸ਼ਨ 'ਚ ਜਾ ਕੇ ਤਾਂ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ। ਅਤੇ 1.25 meter ਦਾ ਵੀ ਲਿੰਕ ਇੱਥੇ ਆ ਰਿਹਾ ਹੋਏਗਾ, ਇਸ ਪਾਸੇ, ਹਾਂ ਇਸ ਪਾਸੇ ਇੱਥੇ ਲਿੰਕ ਆ ਰਿਹਾ ਹੋਏਗਾ, ਅਤੇ ਤੁਸੀਂ ਇਹਨੂੰ ਵੀ ਦੇਖ ਸਕਦੇ ਹੋ ਜਾ ਕੇ। ਇੱਥੇ ਸਿੰਪਲੀ ਤੁਸੀਂ ਇਹਨੂੰ ਟੱਚ ਕਰਨਾ ਅਤੇ ਤੁਸੀਂ ਵੀਡੀਓ ਦੇਖ ਸਕਦੇ ਹੋ, ਤੁਹਾਡੇ ਵਾਸਤੇ ਬਹੁਤ ਸਿੰਪਲ ਹੋ ਜਾਏਗਾ। ਵੈਸੇ ਤਾਂ 1.25 meter ਆਉਂਦੀ ਹੋਏਗੀ ਤੁਹਾਨੂੰ, ਜੇ ਨਹੀਂ ਆਉਂਦੀ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ, ਫਿਰ ਉਸ ਤੋਂ ਬਾਅਦ ਵਾਪਸ ਇਹ ਵੀਡੀਓ ਆ ਕੇ ਦੇਖਣੀ ਹੈ। ਬਿਲਕੁਲ ਸਿੰਪਲ ਤਰੀਕੇ ਨਾਲ ਮੈਂ ਦੱਸਾਂਗਾ, ਜੇ ਇਸ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਤੁਸੀਂ ਸਮਝਣਾ ਤਾਂ ਤੁਸੀਂ ਮੇਰੀ ਪਹਿਲੇ ਪਿੰਚ ਦੀ ਵੀਡੀਓ ਵੀ ਦੇਖ ਲਓ। ਇਹ 3 ਵੀਡੀਓ ਹੈ, ਇੱਕ ਤੁਸੀਂ ਬੇਸ ਦੀ ਦੇਖ ਲਓ, ਦੂਜੀ ਮੇਰੀ 1.25 meter ਦੀ ਦੇਖ ਲਓ, ਅਤੇ ਤੀਜੀ ਤੁਸੀਂ ਪਿੰਚ ਦੀ ਦੇਖ ਲਓ। ਤੁਹਾਨੂੰ ਪੱਗ ਬੰਨਣ 'ਚ ਕਦੇ ਵੀ ਕੋਈ ਦਿੱਕਤ ਨਹੀਂ ਆ ਸਕਦੀ, ਪਿੰਚ ਦੀ ਵੱਟਾਂ ਵਾਲੇ ਪਿੰਚ ਵਾਲੇ ਵੀ, ਅਤੇ ਦੂਜੀ ਜਿਹੜੀ ਸਿੰਪਲ ਹੁਣ ਮੈਂ ਲਾਉਣ ਜਾ ਰਿਹਾ ਉਹ ਵੀ ਪਿੰਚ ਮੈਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੋਇਆ। ਇੱਥੇ ਮੈਂ ਥੋੜ੍ਹਾ ਘੱਟ ਐਕਸਪਲੇਨ ਕਰਾਂਗਾ, ਕਿਉਂਕਿ ਨਹੀਂ ਤਾਂ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ, ਅਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਪੂਰੀ ਵੀਡੀਓ ਪਿੰਚ ਦੇ ਉੱਤੇ ਹੈ। ਪਿੱਛੋਂ ਦੀ ਬੇਸ ਥੋੜ੍ਹਾ ਜਿਹਾ ਥੱਲੇ ਖਿੱਚਣਾ, ਅਤੇ ਫਿਰ ਲੜ ਲਵਾਂਗੇ, ਮੁੱਛ ਵਿੱਚ ਨਹੀਂ ਆਉਣ ਦੇਣੀ, ਨਹੀਂ ਤਾਂ ਫਿਰ ਮੁੱਛ 'ਤੇ ਵਲ ਪੈ ਜਾਂਦਾ, ਅਤੇ ਉਹ ਫਿਰ ਵਾਲ ਖਰਾਬ ਹੋ ਜਾਂਦੇ ਸਾਰੇ ਮੁੱਛ ਦੇ। ਇੱਥੋਂ ਡਬਲ ਕਰਾਂਗੇ, ਇੱਦਾਂ ਪਹਿਲੇ ਖੋਲ ਲੈਣਾ। ਇੱਕ ਹੋਰ ਚੀਜ਼, ਬੰਦ ਵਾਲਾ ਪਾਸਾ ਨਾ ਜਿਹੜਾ 1.25 meter ਕਰਦੇ ਹੋਏ ਥੱਲੇ ਵਾਲੇ ਪਾਸੇ ਸੀ, ਉਹ ਇਸ ਪਾਸੇ ਆਏਗਾ, ਅਤੇ ਇਹ ਖੁੱਲ੍ਹੇ ਵਾਲੇ ਪਾਸੇ ਆਇਆ। ਦੇਖੋ ਇਹ ਡਬਲ ਜਿਹੜਾ ਅਸੀਂ 1.25 meter ਦੇ ਉੱਤੇ ਚੱਕਦੇ ਹਾਂ ਨਾ, ਜਿਹਨੂੰ ਫੜਦੇ ਹਾਂ, ਉਹ ਆਏਗਾ ਰਾਈਟ ਸਾਈਡ 'ਤੇ ਇੱਥੇ। ਇਹਨੂੰ ਇੱਦਾਂ ਖੋਲ੍ਹ ਕੇ ਇੱਥੋਂ ਦੀ ਚੂੰਡੀ ਫੜਨੀ ਆ, ਇਹਨੂੰ ਕਰ ਦੇਣਾ ਇੱਦਾਂ ਡਬਲ, ਫਿਰ ਇੱਥੇ ਤਲੀ ਰੱਖਣੀ ਆ, ਇਹਨੂੰ ਇੱਥੇ ਦੂਜੀ ਸਾਈਡ ਵੀ ਕਰ ਦੇਣੀ ਆ ਡਬਲ। ਪਿੱਛੇ ਛੋਟਾ ਜਿਹਾ ਪਿੰਚ ਲਵਾਂਗੇ, ਠੀਕ ਹੈ। ਇਹ ਸਿੰਪਲ ਮੋਰਨੀ ਪੱਗ ਮੈਂ ਤੁਹਾਨੂੰ ਬਣ ਕੇ ਦਿਖਾ ਰਿਹਾ, ਇਹਨਾਂ ਕੁਛ ਤੁਸੀਂ ਆਪਣਾ ਲੜ ਲੈ ਕੇ ਆਉਣਾ। ਇਹ ਕੰਨ ਤੋਂ ਇੱਥੋਂ ਇਹ ਵਾਲੀ ਸਾਈਡ, ਇਹ ਕੰਨ ਤਾਂ ਉੱਚੀ ਰਹੇਗੀ, ਇਸ ਕਰਕੇ ਇਹਨੂੰ ਇੱਦਾਂ ਉੱਤੇ ਕਰ ਦਿੰਦੇ ਹਾਂ,
ਕੰਧ ਉੱਤੇ ਇਸ ਕਰਕੇ ਰੱਖੀ ਹੈ ਕਿਉਂਕਿ ਜੇ ਕੰਧ ਉੱਤੇ ਆ ਜਾਏਗੀ ਨਾ ਤਾਂ ਟਾਈਟ ਹੋ ਜਾਂਦੀ ਹੈ ਇੱਥੋਂ ਲੜ, ਜਦੋਂ ਅਸੀਂ ਇੱਦਾਂ ਕਰਾਂਗੇ ਨਾ ਟਾਈਟ ਹੋ ਜਾਏਗੀ ਅਤੇ ਇਹਦੇ ਉੱਤੇ ਹੋਰ ਲੜ ਆਉਂਦੇ ਆ ਉਹ ਫਿਰ ਦੁਖਣੇ ਲਾ ਦਿੰਦੇ ਕੰਨ। ਪਿੰਚ ਤਾਂ ਮੈਂ ਫਿਰ ਕਹਿ ਰਿਹਾ ਜੇ ਤੁਸੀਂ ਦੇਖਣਾ ਕਿ ਕਿਵੇਂ ਮੈਂ ਵਧੀਆ ਤਰੀਕੇ ਨਾਲ ਲਾਉਣਾ, ਮਤਲਬ ਐਕਸਪਲੇਨੇਸ਼ਨ ਬਹੁਤ ਵਧੀਆ ਜੇ ਤੁਹਾਨੂੰ ਚਾਹੀਦੀ ਹੈ, ਇੱਥੇ ਤਾਂ ਖੋਲ੍ਹ ਲਾਂਗੇ ਠੀਕ ਹੈ। ਖੋਲ੍ਹ ਕੇ ਅਤੇ ਫਿਰ ਇੱਥੇ ਇੱਦਾਂ ਪਿੰਚ ਲਾਉਣਾ, ਪਿੰਚ ਦੀ ਵੀਡੀਓ ਤੁਸੀਂ ਦੇਖੋਗੇ ਪਹਿਲੇ ਅਤੇ ਬਹੁਤ ਜ਼ਿਆਦਾ ਵਧੀਆ ਹੋਏਗਾ ਤੁਹਾਡੇ ਵਾਸਤੇ ਅਤੇ ਮੇਰੇ ਵਾਸਤੇ ਵੀ ਸਮਝਾਉਣ ਵਾਸਤੇ ਇੱਥੇ ਇਸ ਹੁਣ ਇਸ ਟਾਈਮ 'ਤੇ। ਇੱਥੇ ਤਾਂ ਖੋਲ੍ਹ ਦਿੰਦੇ ਹਾਂ ਕਿਉਂਕਿ ਫਿਰ ਤਾਂ ਹੀ ਇੱਦਾਂ ਇੱਥੋਂ ਵੀ ਇੱਦਾਂ ਟੇਢੀ ਅਤੇ ਇੱਥੋਂ ਵੀ ਇੱਦਾਂ ਟੇਢੀ ਉਹੀ ਸ਼ੇਪ ਆਉਂਦੀ, ਨਹੀਂ ਤਾਂ ਇੱਥੋਂ ਦੀ ਇੱਦਾਂ ਗੋਲ ਹੋ ਜਾਂਦੀ ਹੈ ਅਤੇ ਇੱਥੋਂ ਇੱਦਾਂ ਬਿਲਕੁਲ ਟਿੱਪਰ ਜਾਂਦੀ ਹੈ। ਇੱਥੋਂ ਜੇ ਖੋਲ੍ਹੋਗੇ ਤਾਂ ਹੀ ਤੁਹਾਡੀ ਮੋਰਨੀ ਪੱਗ ਦੀ ਸ਼ੇਪ ਬਣੇਗੀ। ਇੱਥੇ ਫਿਰ ਪਿੰਚ ਲਾ ਲਿਆ, ਇੱਥੇ ਵੀ ਇੱਦਾਂ ਹੀ ਹੋਏਗਾ, ਮੋਟੀ ਸਾਈਡ ਉੱਤੇ ਪਤਲੀ ਸਾਈਡ ਥੱਲੇ, ਮਤਲਬ ਕਿ ਖੁੱਲ੍ਹਾ ਵਾਲਾ ਪਾਸਾ ਇਹ ਦੇਖੋ ਇਹ ਥੱਲੇ ਹੈਗਾ। ਇੱਥੇ ਪਿੰਚ ਲਾ ਕੇ ਇਹ ਤਾਂ ਬਿਲਕੁਲ ਬਰਾਬਰ ਆਏਗਾ ਬਰਾਬਰ। ਬਾਕੀ ਤੁਸੀਂ ਅਜੇ ਸਟਾਰਟ ਕਰ ਰਹੇ ਹੋ ਪੱਗ ਸਿੱਖਣੀ ਅਤੇ ਜਿੱਥੇ ਮਰਜ਼ੀ ਰੱਖ ਸਕਦੇ ਹੋ। ਫਿਰ ਇਹਦਾ ਪਿੰਚ ਲਾ ਦੇਣਾ, ਪਿੰਚ ਲਾ ਕੇ ਇਹਨੂੰ ਇੱਥੋਂ ਖੋਲ੍ਹ ਲਾਂਗੇ। ਸਾਫ਼ ਕਰ ਲੈਣਾ ਇਹ ਅਗਲੀ ਸਾਈਡ, ਉੱਤੋਂ ਵੀ ਇੱਦਾਂ ਥੋੜ੍ਹਾ ਜਿਹਾ ਖਿੱਚਾਂਗੇ, ਥੱਲੋਂ ਵੀ ਖਿੱਚਾਂਗੇ, ਇਹ ਸਾਫ਼ ਹੋ ਗਿਆ। ਫਿਰ ਇੱਥੇ ਲਵਾਂਗੇ ਪਿੰਚ, ਇਸ ਤਰੀਕੇ ਨਾਲ ਲੱਗਦਾ। ਪਹਿਲੇ ਉਂਗਲਾਂ ਫੋਲਡ ਕਰਾਂਗੇ, ਮਤਲਬ ਪਹਿਲੇ ਉੱਤੇ ਵਾਲੀ ਸਾਈਡ ਇੱਦਾਂ ਫੋਲਡ ਕਰਾਂਗੇ, ਫਿਰ ਥੱਲੇ ਵਾਲਾ ਇੱਦਾਂ ਉੱਤੇ ਲੱਗ ਜਾਂਦਾ। ਲੜ ਇੱਦਾਂ ਡਬਲ ਕਰ ਦਾਂਗੇ ਅਤੇ ਜਿਹੜਾ ਪਤਲਾ ਹੈਗਾ ਉਹ ਮੋਟਾ ਹੋ ਜਾਏਗਾ। ਇੱਥੋਂ ਦੀ ਖੋਲ੍ਹ ਦੇਣਾ, ਇਹ ਚੀਜ਼ ਕਈ ਵੀਰਾਂ ਨੂੰ ਸਮਝ ਨਹੀਂ ਆਉਂਦੀ ਕਿ ਕਿੰਨੀ ਉੱਚੀ ਜਾਣੀ ਚਾਹੀਦੀ ਹੈ। ਥੱਲੇ ਵਾਲੇ ਲੜ ਦੀ ਤਾਂ ਚਲੋ ਜਿੰਨੀ ਤੁਸੀਂ ਕਰ ਲਈ ਕਰ ਲਈ, ਕਿਉਂਕਿ ਉਹ 'ਚ ਇੰਨਾ ਮੈਟਰ ਨਹੀਂ ਕਰਦਾ। ਥਰਡ ਲੜ ਜੇ ਤੁਸੀਂ 6 ਲੜ ਦੀ ਪੱਗ ਮੰਨ ਰਹੇ ਹੋ ਤਾਂ ਥਰਡ ਲੜ ਦੀ ਜਿਹੜੀ ਉੱਚਾਈ ਹੈ ਉਹ ਇਹਦੇ ਬਰਾਬਰ ਹੋਣੀ ਚਾਹੀਦੀ ਹੈ। ਜਿੰਨਾ ਤੁਸੀਂ ਇਹ ਰੱਖਿਆ ਉਨਾ ਉੱਚਾ ਇਹ ਜਾਣਾ ਚਾਹੀਦਾ ਇਸ ਸਾਈਡ ਤੋਂ। ਦੇਖੋ ਬਰਾਬਰ ਹੋ ਗਈ, ਇਹ ਬਿਲਕੁਲ ਬਰਾਬਰ ਹੋਣੀ ਚਾਹੀਦੀ ਹੈ। ਆਪ ਘੁੰਮਿਆ ਕਰੋ, ਤੁਹਾਡੀ ਪੂਣੀ ਖੁੱਲ੍ਹੇਗੀ ਨਹੀਂ ਬਿਲਕੁਲ ਵੀ ਅਤੇ ਖਰਾਬ ਵੀ ਨਹੀਂ ਹੋਏਗੀ। ਇਹ ਖੁੱਲ੍ਹੀ ਸਾਈਡ ਆ ਗਈ, ਇਹਨੂੰ ਰੱਖਾਂਗੇ ਥੱਲੇ ਅਤੇ ਇਹ ਬੰਦ ਸਾਈਡ ਹੈ ਇਹਨੂੰ ਰੱਖਾਂਗੇ ਉੱਤੇ। ਪਿੱਛੇ ਪਿੰਚ ਲਾ ਦੇਣਾ, ਇਸ ਤਰੀਕੇ ਨਾਲ ਲੜ ਰੱਖ ਕੇ ਇੱਕ ਦੇ ਉੱਤੇ ਇੱਕ। ਇੱਥੇ ਦੇਖੋ ਬਿਲਕੁਲ ਪਹਿਲੇ ਇੱਕ ਆਇਆ, ਫਿਰ ਦੂਜਾ, ਫਿਰ ਤੀਜਾ, ਇਹ ਬਿਲਕੁਲ ਬਰਾਬਰ ਚੱਲ ਰਹੇ ਬਰਾਬਰ। ਇਹ ਸਾਰੇ ਦੇ ਸਾਰੇ ਪਿੰਚ ਤੁਸੀਂ ਨੱਕ ਦੀ ਸੀਤ ਤੋਂ ਬਿਲਕੁਲ ਜਿੱਥੇ ਨੱਕ ਦਾ ਸੈਂਟਰ ਹੈਗਾ ਉਦੋਂ ਇੱਧਰ ਲਾਉਣੇ ਆ, ਮਤਲਬ ਕਿ ਇਹ ਜਿਹੜੀ ਲਾਈਨ ਜਾ ਰਹੀ ਹੈ ਨਾ ਇਹ ਨੱਕ 'ਤੇ ਇੱਧਰ ਹੋਣੀ ਚਾਹੀਦੀ ਹੈ। ਇਹ ਦੇਖੋ ਇਹ ਤੀਜਾ ਲੜ ਹੋਰ ਚੌਥਾ ਲੜ, ਇਹਦੇ 'ਤੇ ਜੇ ਅਸੀਂ ਇੱਥੇ ਧਿਆਨ ਨਹੀਂ ਦੇਵਾਂਗੇ ਨਾ ਤਾਂ ਸਾਡੀ ਚੁੰਝ ਖਰਾਬ ਹੋ ਜਾਏਗੀ ਜਾਂ ਤਾਂ ਬਹੁਤ ਜ਼ਿਆਦਾ ਵੱਧ ਜਾਏਗੀ। ਅਤੇ ਜੇ ਤੁਸੀਂ ਬਿਠਾਉਣਾ ਚਾਹੁੰਦੇ ਹੋ ਤਾਂ ਇਹਨੂੰ ਤੀਜੇ ਹੋਰ ਚੌਥੇ ਲੜ ਦੇ ਵਿੱਚ ਹੀ ਤੁਸੀਂ ਇਹਨੂੰ ਸੈੱਟ ਕਰ ਸਕਦੇ ਹੋ ਕਿ ਕਿੰਨਾ ਤੁਸੀਂ ਬਿਠਾ ਕੇ ਰੱਖਣਾ ਜਾਂ ਕਿੰਨਾ ਤੁਸੀਂ ਕਿੰਨੀ ਚੁੰਝ ਤੁਹਾਨੂੰ ਚਾਹੀਦੀ ਹੈ। ਜੇ ਜ਼ਿਆਦਾ ਚਾਹੀਦੀ ਹੈ ਤਾਂ ਇਹ ਜਿਹੜਾ ਇੱਥੇ ਅਸੀਂ ਚੌੜਾ ਰੱਖਿਆ ਇਹਨੂੰ ਤੁਸੀਂ ਛੋਟਾ ਕਰ ਦਿਓ ਅਤੇ ਪਿੰਚ ਇੱਦਾਂ ਦਬਾ ਕੇ ਲਗਾਓ ਅਤੇ ਫਿਰ ਉਹ ਅੱਗੇ ਨੂੰ ਪੱਗ ਉੱਠ ਜਾਂਦੀ ਹੈ, ਫਿਰ ਤੁਹਾਡੀ ਚੁੰਝ ਵੀ ਬਣ ਜਾਏਗੀ। ਅਤੇ ਜੇ ਨਹੀਂ ਬਣਾਉਣੀ ਤਾਂ ਇਹਨੂੰ ਥੋੜ੍ਹਾ ਚੌੜਾ ਰੱਖ ਸਕਦੇ ਹੋ ਤੁਸੀਂ। ਇੱਕ ਮੇਰੀ ਵੀਡੀਓ ਹੈਗੀ ਹੈ 5 ਲੜਾਂ ਦੀ ਪੱਗ, ਮਤਲਬ ਕਿ 5.5 ਮੀਟਰ ਦੀ ਪੱਗ ਵਿੱਚ 6 ਲੜ ਅਸੀਂ ਕਿੱਦਾਂ ਲਿਆਉਣੇ ਆ, ਉਹ ਵੀ ਤੁਸੀਂ ਦੇਖ ਸਕਦੇ ਹੋ। ਤੁਸੀਂ ਵੀਡੀਓ ਸੈਕਸ਼ਨ 'ਚ ਜਾ ਕੇ ਮੇਰੇ ਜਿੱਥੇ ਥੱਲੇ ਚੈਨਲ ਦਾ ਨਾਮ ਲਿਖਿਆ ਆ ਰਿਹਾ ਉੱਥੇ ਤੁਸੀਂ ਕਲਿੱਕ ਕਰੋਗੇ ਅਤੇ ਫਿਰ ਉੱਤੇ ਵੀਡੀਓਜ਼ ਆਉਣਗੀਆਂ, 3-4 ਟੈਬ ਆਉਣਗੀਆਂ, 3-4 ਆਪਸ਼ਨਸ ਆਉਣਗੀਆਂ, ਉੱਥੇ ਵੀਡੀਓਜ਼ 'ਤੇ ਕਲਿੱਕ ਕਰਕੇ
ਤੁਸੀਂ ਮੇਰੀ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ। ਇਹ ਚਾਰ ਲੜ ਆ ਗਏ, ਇਹਦੀ ਵੀ ਹਾਈਟ ਇਹਦੇ ਬਿਲਕੁਲ ਬਰਾਬਰ ਰੱਖਾਂਗੇ, ਮਤਲਬ ਕਿ ਇੱਥੇ ਜਿਹੜਾ ਤੀਜੇ ਲੜ ਦੀ ਹਾਈਟ ਸੀਗੀ ਨਾ ਉਹਦੇ ਬਿਲਕੁਲ ਬਰਾਬਰ ਰੱਖਣੀ ਹੈ, ਦੇਖੋ ਨਾ ਨੀਵੀਂ ਨਾ ਉੱਚੀ। ਅਤੇ ਜੇ ਇੱਥੋਂ ਤੀਜਾ ਲੜ ਅੰਦਰ ਵੜ ਗਿਆ ਤਾਂ ਉਹਨੂੰ ਥੋੜ੍ਹਾ ਜਿਹਾ ਬਾਹਰ ਖਿੱਚ ਲੈਣਾ, ਇਹ ਬਿਲਕੁਲ ਇਹਦੇ ਬਰਾਬਰ ਰੱਖਾਂਗੇ। ਬਾਅਦ 'ਚ ਅਸੀਂ ਸਿਲਾਈ ਨਾਲ ਸੈੱਟ ਕਰ ਲਾਂਗੇ ਇਹਨੂੰ। ਚੌਥੇ ਲੜ ਤੋਂ ਬਾਅਦ ਆਪ ਘੁੰਮਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਪੱਗ ਸਾਡੀ ਛੋਟੀ ਜਿਹੀ ਬਚ ਗਈ ਹੈ। ਅਤੇ ਇਸ ਤੋਂ ਬਾਅਦ ਅਸੀਂ ਚੈੱਕ ਵੀ ਕਰ ਲੈਣਾ ਕਿ ਲਾਸਟ ਲੜ ਪੂਰਾ ਆ ਰਿਹਾ ਕਿ ਨਹੀਂ। ਸੇਮ ਤਰੀਕੇ ਨਾਲ ਇਹ 'ਚ ਜਿਹੜੀ ਪਿਛਲੀ ਵਾਲੀ ਸਾਈਡ ਹੈ ਇੱਥੇ ਕੱਪੜਾ ਘੱਟ ਹੋ ਜਾਂਦਾ, ਇਸ ਕਰਕੇ ਪਿਛਲੀ ਵਾਲੀ ਜਿਹੜੀ ਸਾਈਡ ਹੈ ਉਹਨੂੰ ਥੱਲੇ ਕਰ ਲਾਂਗੇ, ਅੱਗੇ ਵਾਲੀ ਉੱਤੇ ਕਰ ਲਾਂਗੇ। ਇਹ ਇੱਦਾਂ ਸੀਗੀ ਪੱਗ, ਹੈ ਨਾ, ਇੱਦਾਂ ਅਸੀਂ ਪੂਣੀ ਕੀਤੀ ਸੀ। ਇਹ ਸਾਈਡ ਸੀਗੀ ਉੱਤੇ, ਇੱਦਾਂ ਅਸੀਂ ਇੱਦਾਂ ਪੂਣੀ ਕੀਤੀ ਸੀ। ਬੰਦ ਵਾਲੀ ਸਾਈਡ ਥੱਲੇ ਸੀਗੀ ਅਤੇ ਜਿਹੜਾ ਅਸੀਂ ਹੱਥ 'ਚ ਫੜਦੇ ਹਾਂ ਖੁੱਲ੍ਹੀ ਵਾਲੀ ਸਾਈਡ ਉੱਤੇ ਸੀ। ਹੁਣ ਇਹਨੂੰ ਪੁੱਠਾ ਕਰ ਦੇਣਾ ਅਤੇ ਅੱਗੇ ਵਾਲੀ ਸਾਈਡ ਹੈ ਨਾ ਜਿਹੜੀ, ਇਹਨੂੰ ਥੋੜ੍ਹਾ ਜਿਹਾ ਇੱਦਾਂ ਉੱਤੇ ਚੱਕ ਦਾਂਗੇ ਅਤੇ ਪਿੱਛੇ ਵਾਲੀ ਸਾਈਡ ਨੂੰ ਇੱਦਾਂ ਥੱਲੇ ਖਿੱਚ ਕੇ ਅਤੇ ਫਿਰ ਲੜ ਲਾਂਗੇ। ਇਹ ਵੀ ਬਿਲਕੁਲ ਇਹਦੇ ਬਰਾਬਰ ਜਾਏਗਾ। ਇਹਦੇ ਬਰਾਬਰ ਮਤਲਬ ਕਿ ਜਿਹੜੇ ਥੱਲੇ ਲੜ ਆ ਰਹੇ ਆ ਉਹਦੇ ਬਰਾਬਰ ਬਿਲਕੁਲ ਹਾਈਟ ਰਹੇਗੀ ਇਹਦੀ। ਜੇ ਤੁਹਾਡਾ ਇਹ ਨੱਕ ਦੀ ਸੀਤ ਤੋਂ ਅੱਗੇ ਜਾਏ ਨਾ ਲੜ, ਇਹ ਜਿੱਦਾਂ ਇਹ ਬਾਹਰ ਆ ਰਿਹਾ ਇਹ ਵਾਲਾ, ਇਹਨੂੰ ਤੁਸੀਂ ਇੱਦਾਂ ਕਰਕੇ ਅਤੇ ਇੱਦਾਂ ਅੰਦਰ ਕਰ ਦੇਣਾ। ਇੱਥੋਂ ਦੀ ਇਹ ਜਿਹੜੇ ਵੱਟ ਆਉਂਦੇ ਆ ਨਾ ਇੱਥੇ, ਇਹ ਥੱਲੇ ਆ ਰਹੇ ਸੀਗੇ, ਇਹ ਵੱਟ ਇਹ ਜਿਹੜੇ ਆ ਥੱਲੇ ਆ ਰਹੇ ਆ, ਇਹਨਾਂ ਨੂੰ ਇੱਥੋਂ ਸਾਫ਼ ਕਰ ਦੇਣਾ ਇੱਦਾਂ ਥੱਲੇ ਖਿੱਚ ਕੇ ਨਾ। ਹੋਰ ਜੇ ਤੁਸੀਂ ਖਿੱਚ ਸਕੋ ਤਾਂ ਕਰ ਦੇਣਾ, ਕਿਉਂਕਿ ਜਦੋਂ ਫਿਰ ਤੁਸੀਂ ਇੱਥੇ ਮੋਰਨੀ ਲੜ ਲਾਓਗੇ ਆਖਰੀ ਜਿਹੜਾ ਕਲਗੀ ਲੜ ਹੁੰਦਾ ਉਹਦੇ ਵਿੱਚੋਂ ਫਿਰ ਇਹ ਵੱਟ ਦਿਸਦੇ ਹੁੰਦੇ ਆ। ਉੱਤੋਂ ਵੀ ਖਿੱਚ ਲੈਣਾ, ਥੱਲੋਂ ਵੀ ਖਿੱਚ ਲੈਣਾ ਅਤੇ ਪਿੰਚ ਇਸ ਤਰੀਕੇ ਨਾਲ ਲਾਉਣਾ ਜਿੱਦਾਂ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ। ਇੱਦਾਂ ਹੈ, ਪਹਿਲੇ ਉੱਤੋਂ ਫਿਰ ਥੱਲੋਂ ਅਤੇ ਫਿਰ ਅੱਗੇ ਉਹਦੀ ਅੰਗੂਠਾ ਕੱਢ ਲੈਣਾ ਇੱਥੋਂ। ਜੇ ਤੁਹਾਡਾ ਇੱਥੋਂ ਦੀ ਪਤਲਾ ਹੁੰਦਾ ਹੈ ਤਾਂ ਤੁਸੀਂ ਇਹਨੂੰ ਦੁਬਾਰਾ ਇੱਦਾਂ ਮੋੜ ਸਕਦੇ ਹੋ, ਇਹ ਮੋਟਾ ਹੋ ਜਾਏਗਾ ਲੜ ਇੱਥੋਂ। ਇਹਦੀ ਵੀ ਹਾਈਟ ਉੱਤੋਂ ਦੀ ਜਿਹੜੇ ਬਾਕੀ ਲੜ ਆ ਰਹੇ ਆ ਉਹਨਾਂ ਦੇ ਬਰਾਬਰ ਰਹੇਗੀ। ਜੇ ਉੱਤੇ ਜਾਂਦੀ ਹੈ ਤਾਂ ਤੁਸੀਂ ਫੋਲਡ ਕਰੋ, ਜੇ ਨੀਵੀਂ ਹੈ ਤਾਂ ਇਹਨੂੰ ਉੱਤੇ ਚੱਕੋ। ਪੰਜ ਲੜ ਆ ਗਏ, ਹੁਣ ਕਲਗੀ ਲੜ ਲਾਉਣਾ। ਉਸ ਤੋਂ ਪਹਿਲੇ ਇਹਨੂੰ ਪਿੱਛੇ ਇਸ ਲੜ ਨੂੰ ਰੋਕ ਕੇ ਟੈਂਪਰੇਰੀਲੀ ਲਾਉਣਾ ਇਹਨੂੰ, ਅਤੇ ਪੱਗ ਦੀ ਥੋੜ੍ਹੀ ਜਿਹੀ ਸਫਾਈ ਕਰ ਲਾਂਗੇ, ਸੈਟਿੰਗ ਕਰ ਲਾਂਗੇ, ਸ਼ੇਪ ਸੈੱਟ ਕਰ ਲੈਣੀ ਹੈ। ਇਹ ਲੜਾਂ ਦੇ ਉੱਤੇ ਸਿਲਾਈ ਇਸ ਕਰਕੇ ਮਾਰੀ ਜਾਂਦੀ ਹੈ ਤਾਂ ਕਿ ਜੇ ਅਨਈਵਨ ਹੈਗਾ, ਮਤਲਬ ਕਿ ਤੋਂ ਇੱਥੋਂ ਮੋਟਾ ਇੱਥੋਂ ਪਤਲਾ ਅਤੇ ਉਹ ਬਰਾਬਰ ਹੋ ਜਾਏ, ਇਸ ਕਰਕੇ ਇੱਥੇ ਇੱਦਾਂ ਸਿਲਾਈ ਮਾਰੀ ਜਾਂਦੀ ਹੈ ਲੜਾਂ ਦੇ ਉੱਤੇ, ਉਹਨਾਂ ਨੂੰ ਦਬਾ ਕੇ ਮਾਰੀ ਜਾਂਦੀ ਹੈ ਸਿਲਾਈ। ਜੇ ਤੁਹਾਡੇ ਗੈਪ ਮੇਨਟੇਨ ਨਹੀਂ ਹੋ ਗਿਆ ਤਾਂ ਇਹਨੂੰ ਤੁਸੀਂ ਇੱਦਾਂ ਥੱਲੇ ਖਿੱਚ ਸਕਦੇ ਹੋ। ਵੈਸੇ ਮੇਰਾ ਸਹੀ ਸੀ, ਮੈਂ ਖਿੱਚਿਆ ਤਾਂ ਨਹੀਂ, ਤੁਹਾਨੂੰ ਦਿਖਾ ਰਿਹਾ ਮੈਂ, ਅਤੇ ਉਹਦੇ ਨਾਲ ਲੜ ਤੁਹਾਡੇ ਮੋਟੇ ਵੀ ਹੋ ਜਾਣਗੇ। ਇੱਦਾਂ ਮੋੜ ਕੇ ਅਤੇ ਇਸ ਤਰੀਕੇ ਨਾਲ ਲਾਸਟ ਵਿੱਚ, ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਇਹ ਅੱਖ ਦੇ ਉੱਤੇ ਜ਼ਿਆਦਾ ਚੜਿਆ ਹੋਇਆ ਇਹ ਫਸਟ ਲੜ, ਅਤੇ ਉਹਦਾ ਵੀ ਮੈਂ ਤੁਹਾਨੂੰ ਸੋਲਿਊਸ਼ਨ ਦੱਸਦਾ। ਤੁਸੀਂ ਕੀ ਕਰਨਾ, ਹੱਥ ਇੱਦਾਂ ਸਿਲਾਈ ਪਾ ਕੇ ਇਹਨੂੰ ਥੱਲੇ ਕਰ ਦੇਣਾ, ਉਸ ਤੋਂ ਬਾਅਦ ਇੱਥੇ ਇੱਦਾਂ ਕਰ ਦੇਣਾ, ਇਹ ਥੋੜ੍ਹਾ ਜਿਹਾ ਅੰਦਰ ਚਲ ਜਾਏਗਾ।
ਇਹ ਹੋ ਗਈ ਸਿੰਪਲ ਲੜ ਬਿਗਨਰਸ ਵਾਸਤੇ, ਜਿਹੜੇ ਹਜੇ ਪੱਗ ਜਿਨ੍ਹਾਂ ਨੇ ਬੰਨਣੀ ਸਟਾਰਟ ਕਰਨੀ ਹੈ ਜਾਂ ਹਜੇ ਕੀਤੀ ਹੈ ਅਤੇ ਉਹਨਾਂ ਨੇ ਜੇ ਆਪਣੀ ਪੱਗ ਦੇ ਵਿੱਚ ਥੋੜ੍ਹਾ ਜਿਹਾ ਸੁਧਾਰ ਚਾਹੁੰਦੇ ਆ ਜੇ, ਇਹ ਹੁਣ ਜਿਹੜੇ ਵੱਟ ਹੈ ਜੇ ਅਸੀਂ ਇੱਥੋਂ ਦੀ ਮੋਰਨੀ ਲੜ ਲਿਆਵਾਂਗੇ ਤਾਂ ਇਹ ਵੱਟ ਦਿਸਣਗੇ, ਉਹਨਾਂ ਨੂੰ ਕਿੱਦਾਂ ਸਾਫ਼ ਕਰਨਾ ਉਹ ਵੀ ਤੁਹਾਨੂੰ ਦੱਸਦਾ ਮੈਂ, ਇੱਕ ਜਾਦੂ ਦੀ ਤਰ੍ਹਾਂ ਇਹ ਮੈਂ ਸਾਰੇ ਲੜ ਬਰਾਬਰ ਕਰ ਰਿਹਾ ਉੱਤੋਂ ਦੀ, ਹੱਥ ਨਾਲ ਤਾਂ ਇੱਦਾਂ ਲਾ ਕੇ ਦੇਖ ਲੈਣਾ, ਜੇ ਕੋਈ ਅੰਦਰ ਹੋਏ ਉਹਨੂੰ ਬਾਹਰ ਕੱਢ ਦੇਣਾ, ਜੇ ਕੋਈ ਬਾਹਰ ਹੈਗਾ ਤਾਂ ਉਹਨੂੰ ਫੋਲਡ ਕਰਕੇ ਇੱਦਾਂ ਅੰਦਰ ਕਰ ਦੇਣਾ। ਹੁਣ ਇਹ ਜਿੱਦਾਂ ਫਸਟ ਲੜ ਇੱਥੋਂ ਦੀ ਬਾਹਰ ਸੀਗਾ, ਇਹਨੂੰ ਇੱਦਾਂ ਫੋਲਡ ਕਰ ਦੇਣਾ, ਬਰਾਬਰ ਹੋ ਗਏ। ਇਹ ਫਿਰ ਇਸ ਤੋਂ ਬਾਅਦ ਇੱਥੋਂ ਵੀ ਕਰਾਂਗੇ, ਇਹ ਥੋੜ੍ਹੇ ਜਿਹੇ ਪਤਲੇ ਹੁੰਦੇ ਆ ਲੜ ਅਤੇ ਇੱਥੋਂ ਦੀ ਥੱਲੇ ਜਾਂ ਉੱਤੇ ਹੋਣ ਦਾ ਡਰ ਹੁੰਦਾ ਅਤੇ ਇਸ ਕਰਕੇ ਇਹਨਾਂ ਨੂੰ ਥੋੜ੍ਹਾ ਆਰਾਮ ਨਾਲ ਕਰਨਾ। ਸਿਲਾਈ ਨਾਲ ਕਰੋਗੇ ਤਾਂ ਜ਼ਿਆਦਾ ਵਧੀਆ, ਕਿਉਂਕਿ ਉਹਦੇ ਵਿੱਚ ਉਂਗਲ ਨਹੀਂ ਪੈਂਦੀ ਅੰਦਰ। ਜਦੋਂ ਤੁਸੀਂ ਦੇਖੋ ਕਿ ਤੁਹਾਡੀ ਪੱਗ ਦੀ ਸ਼ੇਪ ਅਤੇ ਸਫਾਈ ਸਾਰੀ ਹੋ ਚੁੱਕੀ ਆ, ਉਸ ਤੋਂ ਬਾਅਦ ਤੁਸੀਂ ਇੱਥੋਂ ਦੀ ਪਿੱਛੋਂ ਦੀ ਮਤਲਬ ਪਿੱਛੋਂ ਦੀ ਅੱਗੇ ਆਉਣਾ, ਅੱਗਿਓਂ ਪਿੱਛੇ ਨਹੀਂ ਜਾਣਾ, ਪਿੱਛੋਂ ਅੱਗੇ ਆਵਾਂਗੇ। ਇੱਦਾਂ ਥੱਲੇ ਲਾਸਟ ਲੇਅਰ ਹੁੰਦੀ ਹੈ ਨਾ ਜਿਹੜੀ ਕੱਪੜੇ ਦੀ, ਜਿਹੜੀ ਬਿਲਕੁਲ ਬਾਹਰ ਵਾਲੀ ਪਰਤ ਹੁੰਦੀ ਹੈ, ਇਹਨੂੰ ਫੜ ਕੇ ਇੱਦਾਂ ਥੱਲੇ ਕਰਨਾ। ਇਹ ਬਿਲਕੁਲ ਲੱਭਣੀ ਹੈ ਤੁਸੀਂ ਲਾਸਟ, ਜਦ ਤੱਕ ਨਹੀਂ ਆਉਂਦੀ ਤੁਸੀਂ ਪੂਰੀ ਪੱਗ ਨਹੀਂ ਖਿੱਚਣੀ, ਇਹ ਲਾਸਟ ਵਾਲੀ ਫੜ ਕੇ ਖਿੱਚਣੀ ਹੈ। ਇਸ ਤਰੀਕੇ ਨਾਲ ਉਸ ਤੋਂ ਬਾਅਦ ਇਹ ਕੱਢ ਕੇ ਤੁਸੀਂ ਮੂੰਹ 'ਚ ਫੜਨਾ ਚਾਹੋ ਤਾਂ ਫੜ ਵੀ ਸਕਦੇ ਹੋ, ਨਹੀਂ ਫੜਨਾ ਚਾਹੋ ਤਾਂ ਇੱਦਾਂ ਛੱਡ ਵੀ ਸਕਦੇ ਹੋ। ਇਹਦੀ ਹੁਣ ਤਹਿ ਲਾਵਾਂਗੇ, ਲਾਸਟ ਲੜ ਦੀ ਵੀ ਵੀਡੀਓ ਹੈਗੀ ਹੈ ਮੇਰੀ, ਪੰਜ ਤਰੀਕੇ ਨਾਲ ਕਿਵੇਂ ਅਸੀਂ ਲਾਸਟ ਲੜ ਲਾਉਣਾ, ਮੋਰਨੀ ਸਮੇਤ ਮੋਰਨੀ ਵੀ ਕਿੱਦਾਂ ਬਣਾਉਣੀ ਆ ਉਹ ਸਾਰਾ ਦੱਸਿਆ ਹੋਇਆ, ਅਤੇ ਤੁਸੀਂ ਪਲੀਜ਼ ਦੇਖੋ ਜਾ ਕੇ, ਇੱਥੇ ਉਹਦਾ ਵੀ ਇੱਥੇ ਇਸ ਪਾਸੇ ਆ ਰਿਹਾ ਹੋਏਗਾ ਲਿੰਕ। ਇਸ ਤਰੀਕੇ ਨਾਲ ਤਹਿ ਲਾਉਣੀ ਹੈ ਇਹਦੀ, ਪਹਿਲੇ ਥੱਲੇ ਵਾਲੀ ਸਾਈਡ ਉੱਤੇ ਕਰਾਂਗੇ, ਫਿਰ ਉੱਪਰ ਵਾਲੇ ਨੂੰ ਉਹਦੇ ਉੱਤੇ ਓਵਰਲੈਪ ਕਰ ਦਾਂਗੇ, ਫਿਰ ਇਹਨੂੰ ਖਿੱਚ ਕੇ ਜੇ ਤੁਹਾਨੂੰ ਇੱਥੋਂ ਦੀ ਇਹਦੀ ਜਿਹੜੀ ਵਿਡਥ ਹੈਗੀ ਹੈ ਚੌੜਾਈ ਛੋਟੀ ਲੱਗ ਰਹੀ ਹੈ ਨਾ, ਇੱਥੋਂ ਥੱਲੋਂ ਦੀ ਇੱਥੋਂ ਕੱਪੜਾ ਖਿੱਚ ਲਓ, ਥੋੜ੍ਹਾ ਜਿਹਾ ਜ਼ਿਆਦਾ ਨਹੀਂ, ਅਤੇ ਇਹਨੂੰ ਇੱਦਾਂ ਸੈੱਟ ਕਰ ਸਕਦੇ ਹਾਂ ਅਸੀਂ। ਤੁਹਾਨੂੰ ਜੇ ਕਿਸੇ ਵੀ ਚੀਜ਼ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਇਸ ਵੀਡੀਓ ਦੇ ਵਿੱਚ ਵੀ ਜੇ ਬਾਈ ਚਾਂਸ ਆਈ ਕੁਛ ਸਮਝਣ ਦੇ ਵਿੱਚ, ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਕਮੈਂਟਸ ਦੇ ਜਾਂ ਮੈਂ ਕੋਸ਼ਿਸ਼ ਕਰਾਂਗਾ ਕਿ ਕਮੈਂਟਸ ਦੇ ਵਿੱਚ ਹੀ ਤੁਹਾਡੀ ਪ੍ਰੋਬਲਮ ਸੋਲਵ ਕਰ ਦੇਵਾਂ ਉਹਦੇ 'ਤੇ ਰਿਪਲਾਈ ਕਰਕੇ। ਜੇ ਨਹੀਂ ਹੋ ਪਾਈ ਮਤਲਬ ਕਿ ਜੇ ਟੋਪਿਕ ਤੁਹਾਡਾ ਵੱਡਾ ਹੋਇਆ ਅਤੇ ਮੈਨੂੰ ਲੱਗਿਆ ਕਿ ਉਹਦੇ 'ਤੇ ਵੀਡੀਓ ਬਣਾਉਣੀ ਚਾਹੀਦੀ ਹੈ ਤਾਂ ਮੈਂ ਉਹਦੇ 'ਤੇ ਵੀਡੀਓ ਵੀ ਪਾ ਦਾਂਗਾ ਇੱਕ। ਇਸ ਤਰੀਕੇ ਨਾਲ ਇੱਥੇ ਇਹਨੂੰ ਸਿੱਧਾ ਸਿੱਧਾ ਇੱਦਾਂ ਆ ਰਿਹਾ, ਇਹਨੂੰ ਇਕੱਠਾ ਕਰਨਾ, ਤੁਸੀਂ ਇਹਨੂੰ ਸਿੱਧਾ ਇੱਦਾਂ ਵੀ ਲਾ ਸਕਦੇ ਹੋ, ਇੱਦਾਂ ਵੀ ਲਾ ਸਕਦੇ ਹੋ, ਠੀਕ ਹੈ। ਜਾਂ ਜੇ ਤੁਸੀਂ ਚਾਹੁੰਦੇ ਹੋ ਕਿ ਮੋਰਨੀ ਬਣਾਉਣੀ ਹੈ ਪ੍ਰੋਪਰ ਅਤੇ ਇਹਨੂੰ ਇੱਦਾਂ ਫੜ ਕੇ ਇਕੱਠਾ ਕਰ ਲਿਆ, ਉਸ ਤੋਂ ਬਾਅਦ ਇਹਨੂੰ ਘੁਮਾਉਣਾ ਨਹੀਂ ਹਜੇ, ਪਹਿਲੇ ਪਿੰਨ ਲਾਵਾਂਗੇ ਬਿਲਕੁਲ ਨੱਕ ਦੇ ਸੈਂਟਰ ਦੇ ਵਿੱਚ, ਇਸ ਤੋਂ ਅੱਗੇ ਨਹੀਂ ਜਾਣੀ ਚਾਹੀਦੀ, ਪਿੱਛੇ ਪਿੱਛੇ ਰਹਿਣੀ ਚਾਹੀਦੀ ਹੈ ਜੇ ਤੁਸੀਂ ਪਿੱਛੇ ਵੀ ਕਰਨੀ ਹੈ, ਅਤੇ ਨਹੀਂ ਤਾਂ ਬਿਲਕੁਲ ਸੈਂਟਰ ਦੇਖ ਲਓ, ਸੈਂਟਰ ਦੇ ਇੱਥੇ ਕਿੱਥੇ ਲਾਉਣੀ ਹੈ ਪਿੰਨ, ਜਿੱਥੋਂ ਇਹ ਫਿਫਥ ਲੜ ਸਟਾਰਟ ਹੋ ਰਿਹਾ, ਇਹ ਦੇਖੋ ਕਿੱਥੇ ਗਈ, ਅਤੇ ਇੱਦਾਂ ਥੋੜ੍ਹੀ ਜਿਹੀ ਟੇਢੀ ਲਾਉਣੀ ਹੈ, ਪਿੰਨ ਲਾ ਕੇ, ਅਤੇ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ, ਇੱਦਾਂ ਫੜੀ ਹੋਈ ਸੀ ਨਾ ਇਹਨੂੰ, ਇੱਦਾਂ ਪਿੰਨ ਪਿੰਨ ਦੇ ਵਿੱਚ ਫਸਾ ਕੇ ਅਤੇ ਇਹਨੂੰ ਅੰਗੂਠਾ ਹੋਰਾ ਅੰਗੂਠੇ ਦੇ ਨਾਲ ਵਾਲੀ ਉਂਗਲ ਨਾਲ ਇੱਦਾਂ ਘੁਮਾ ਦੇਣਾ, ਘੁਮਾ ਕੇ ਇੱਥੋਂ ਇਹ ਵਾਲੀ ਉਂਗਲ ਰੱਖ ਕੇ ਜਾਂ ਕੋਈ ਵੀ ਤੁਸੀਂ ਰੱਖ ਸਕਦੇ ਹੋ, ਇਹਨੂੰ ਖੋਲ੍ਹਣਾ, ਮੋਰਨੀ ਲੜ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨਡ ਹੈ ਜਿਹੜੀ ਹੁਣ ਵੀਡੀਓ ਤੁਹਾਨੂੰ ਮੈਂ ਦੱਸੀ ਸੀਗੀ, ਕਿ ਤੁਸੀਂ ਉੱਥੇ ਕਲਿੱਕ ਕਰਕੇ ਦੇਖ ਸਕਦੇ ਹੋ, ਜ਼ਰੂਰ ਦੇਖੋ।
तो चैनल में सबसक्राइब भी करो जे मेरा कंटेंट वधिया लग्या कि मैं किस तरीके समझाना या किस तरीके दी वीडियोज़ पाना ताकि तुहानू मेरी हर नवी वीडियो मिल सके। तो जे वीडियो वधिया लगती है तो वीडियो में लाइक जरूर करना। जिहड़ा कपड़े का बचा हुआ पार्ट है इहनू तुसीं किसी भी साइड एडजस्ट कर सकते हो अंदर। जे तुहाडा ये कपड़ा ज़्यादा बचता है तो फिर तुसीं इहनू उस साइड पर एडजस्ट करना है जिथों की तुहानू शेप लगे कि अंदर दबी हुई है। हुण तुसीं इत्थे देखो ये तुहानू किस साइड तो दबी लग रही है। जे तुहानू इस साइड तो दबी हुई मतलब कि अंदर नू लग रही है तो तुसीं इत्थे फसाना है ताकि ये चीज़ इदा बाहर आ सके। जे तुहानू इत्थों लग रही है तो तुसीं इस पासे फसाना है ताकि ये चीज़ इदा बाहर आ सके। मतलब कि तुसीं ये जिहड़ा कपड़ा फालतू हुंदा है इहनू एडजस्ट कर सकते हो, इहनू इहदी हैल्प लै सकते हो अपनी पग की शेप सैट करन वास्ते। सिर ढकण वास्ते दोनों किनारे एक पासे फड़ लिया ते बाकी सारा कपड़ा लैफ्ट साइड ते कर देना। किनारे आणगे जिथे लड़ नहीं बने हुए ना इस पासे आणगे। फिर सिलाई नाल इस पासे मैं सिलाई ना करदा हुंना क्योंकि ये थोड़ा जिहा इथों टाइट हुंदा है। उस तो बाद ये लड़ खिंच देंगे। ये लड़ अंदर फिट करन तो पहले पिछे वाले लड़ असी साफ कर लेंगे। जिस तरीके नाल मैं किया उस तरीके नाल तुसी फोल्ड करना है, पहले लेफ्ट साइड फिर राइट साइड। ਇਹ ਸੀ ਜੀ ਅੱਜ ਦੀ ਵੀਡੀਓ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਨਾ ਅਤੇ ਜੇ ਮੇਰੇ ਸਮਝਾਉਣ ਦਾ ਤਰੀਕਾ ਅਤੇ ਮੇਰਾ ਕੰਟੈਂਟ ਤੁਹਾਨੂੰ ਵਧੀਆ ਲੱਗਿਆ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ। ਅਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ ਵਟਸਐਪ 'ਤੇ, ਫੇਸਬੁੱਕ 'ਤੇ, ਕਿਤੇ ਵੀ ਟਵਿੱਟਰ 'ਤੇ, ਕਿਤੇ ਵੀ ਜਿੱਥੇ ਤੁਹਾਡਾ ਮਨ ਕਰੇ ਉੱਥੇ ਤੁਸੀਂ ਇਹਨੂੰ ਸ਼ੇਅਰ ਕਰਨਾ। ਹੁਣ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ। ਤਦ ਤੱਕ ਦੇਖਦੇ ਰਹੋ ਸਟਾਈਲਿਸ਼ ਸਿੱਖਦੀਆਂ ਵੀਡੀਓਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।